ਸ਼ਰਾਬ ਨਾਲ ਰਜੇ ਇੱਕ ਕਾਰ ਚਾਲਕ ਦੇ ਵੱਲੋਂ ਦੋ ਨੌਜਵਾਨਾਂ ਨੂੰ ਦਰੜ ਦਿੱਤਾ ਗਿਆ। ਦੋਨੋ ਮੁੰਡੇ ਹੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੈ, ਜਿਨ੍ਹਾਂ ਵਿੱਚੋਂ ਇੱਕ ਦੀਆਂ ਲੱਤਾਂ ਤੱਕ ਟੁੱਟ ਚੁੱਕੀਆਂ ਨੇ। ਨਸ਼ੇ ਦੇ ਵਿੱਚ ਧੁੱਤ ਇਸ ਕਾਰ ਚਾਲਕ ਨੂੰ ਜ਼ਰਾ ਵੀ ਖਿਆਲ ਨਹੀਂ ਆਇਆ, ਬਲਕਿ ਟੱਕਰ ਮਾਰਨ ਤੋਂ ਬਾਅਦ ਵੀ ਇਸ ਨੂੰ ਹੋਸ਼ ਨਹੀਂ ਹੈ ਕਿ ਇਸਨੇ ਕੀ ਕੀਤਾ ਹੈ। ਦਰਅਸਲ ਸੜਕ ਦੇ ਕਿਨਾਰੇ ਤੇ ਇਹ ਮੁੰਡੇ ਆਪਣੀਆਂ ਭੇਡਾਂ ਚਰਾ ਰਹੇ ਸਨ, ਜਿਸ ਦੌਰਾਨ ਇੱਕ ਕਾਰ ਚਾਲਕ ਇੱਕਦਮ ਸੜਕ ਤੋਂ ਹੁੰਦੇ ਹੋਏ ਕੰਢੇ ਵੱਲ ਆ ਜਾਂਦਾ ਹੈ ਤੇ ਚਾਹ ਬਣਾ ਰਹੇ ਇਹਨਾਂ ਭੇਡਾਂ ਚਰਾਉਣ ਵਾਲੇ ਮੁੰਡਿਆਂ ਨੂੰ ਦਰੜ ਦਿੰਦਾ ਹੈ, ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇੰਨਾ ਹੀ ਨਹੀਂ, ਇਹ ਕਾਰ ਇਹਨਾਂ ਮੁੰਡਿਆਂ ਨੂੰ ਦਰੜਦੀ ਹੋਈ ਫੁੱਟਪਾਥ ਤੋਂ ਵੀ ਦੂਸਰੇ ਪਾਸੇ ਜਾ ਡਿੱਗਦੀ ਹੈ, ਜਿਸ ਕਰਕੇ ਗੱਡੀ ਦਾ ਵੀ ਕਾਫੀ ਨੁਕਸਾਨ ਹੋਇਆ ਹੈ ਤੇ ਕਾਰ ਚਾਲਕ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ। ਕਾਰ ਚਾਲਕ ਦੇ ਨਾਲ ਜਦੋਂ ਗੱਲ ਕਰਨੀ ਚਾਹੀ ਤਾਂ ਉਸਦੀ ਹਾਲਤ ਦੇਖੋ, ਉਸ ਤੋਂ ਖੜੇ ਵੀ ਨਹੀਂ ਹੋਇਆ ਜਾ ਰਿਹਾ ਤੇ ਬੋਲ ਵੀ ਨਹੀਂ ਹੋ ਰਿਹਾ। ਇਸ ਕਦਰ ਉਹ ਨਸ਼ੇ ਦੇ ਵਿੱਚ ਹੈ ਕਿ ਉਸਨੂੰ ਹੋਸ਼ ਹੀ ਨਹੀਂ ਹੈ ਕਿ ਉਸਨੇ ਕੀ ਕੀਤਾ ਹੈ। ਜਦੋਂ ਪੁੱਛਿਆ ਗਿਆ ਹੈ ਕਿ ਹਾਦਸਾ ਕਿਵੇਂ ਵਾਪਰਿਆ ਹੈ ਤਾਂ ਉਹ ਬਿਲਕੁਲ ਮਨਾ ਕਰ ਰਿਹਾ ਹੈ ਕਿ ਉਸਨੂੰ ਕੁਝ ਵੀ ਯਾਦ ਨਹੀਂ ਹੈ, ਇੱਥੋਂ ਤੱਕ ਕਿ ਆਪਣੀ ਗੱਡੀ ਦਾ ਨੰਬਰ ਤੱਕ ਇਸ ਸ਼ਖਸ ਨੂੰ ਯਾਦ ਨਹੀਂ ਹੈ ਜਿਸ ਦੇ ਵਿੱਚ ਸਵਾਰ ਹੋ ਕੇ ਆਇਆ ਤੇ ਜਿਸ ਦੇ ਨਾਲ ਦੋ ਮੁੰਡਿਆਂ ਨੂੰ ਦਰੜ ਦਿੱਤਾ ਹੈ। ਇੰਨਾ ਹੀ ਨਹੀਂ, ਇੱਥੇ ਭੇਡਾਂ ਵੀ ਇਸ ਗੱਡੀ ਦੇ ਹੇਠ ਆਈਆਂ, ਜਿਸ ਕਰਕੇ ਦੋ ਭੇਡਾਂ ਵੀ ਮਰ ਗਈਆਂ, ਜਿਨ੍ਹਾਂ ਦੀ ਭਰਪਾਈ ਲਈ ਚਰਵਾਹਾ ਗੁਹਾਰ ਲਗਾ ਰਿਹਾ ਹੈ। ਉਧਰੇ ਜਿਨ੍ਹਾਂ ਮੁੰਡਿਆਂ ਦੀ ਹਾਲਤ ਗੰਭੀਰ ਹੈ, ਉਹ ਪਰਿਵਾਰ ਵਾਲੇ ਵੀ ਇਨਸਾਫ ਦੀ ਮੰਗ ਕਰ ਰਹੇ। ਇਹ ਹਾਦਸਾ ਦਿੜਬਾ ਦੇ ਨੇੜੇ ਵਾਪਰਿਆ, ਜਿੱਥੇ ਪਾਤੜਾਂ ਵਾਲੇ ਪਾਸਿਓਂ ਇਹ ਨੌਜਵਾਨ ਆਪਣੀ ਕਾਰ ਦੇ ਵਿੱਚ ਦਿੜਬਾ ਵੱਲ ਆ ਰਿਹਾ ਸੀ ਤਾਂ ਸੜਕ ਦੇ ਕੰਢੇ ਤੇ ਭੇਡਾਂ ਚਰਾਉਂਦੇ ਚਰਵਾਹਿਆਂ ਦੇ ਉੱਤੇ ਇਸਨੇ ਗੱਡੀ ਚੜਾ ਦਿੱਤੀ। ਦਰੜਦਾ ਹੋਇਆ ਇੰਨੀ ਤੇਜ਼ ਅੱਗੇ ਗਿਆ ਕਿ ਫੁੱਟਪਾਥ ਤੋਂ ਗੱਡੀ ਪਲਟ ਕੇ ਦੂਸਰੇ ਪਾਸੇ ਚਲੀ ਗਈ। ਗੱਡੀ ਵੀ ਕਾਫੀ ਨੁਕਸਾਨੀ ਗਈ ਹੈ। ਫਿਲਹਾਲ ਪੁਲਿਸ ਦੇ ਵੱਲੋਂ ਗੱਡੀ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ ਤੇ ਇਸ ਸ਼ਖਸ ਨੂੰ ਵੀ ਹਿਰਾਸਤ 'ਚ ਲਿਆ ਗਿਆ ਹੈ, ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਅਸੀਂ ਇੱਥੇ ਪਾਤੜਾਂ ਦੇ ਪਾਤੜਾਂ ਕੀ ਕੰਮ ਕਰਦਾ ਤੂੰ? ਮੈਂ ਖੇਤੀਬਾੜੀ ਖੇਤੀਬਾੜੀ ਨਸ਼ਾ ਕੀ ਕਰਿਆ ਤੇਰਾ? ਮੈਂ ਦਾਰੂ ਪੀਤੀ ਨਹੀਂ, ਹੋਰ ਕੋਈ ਨਸ਼ਾ, ਕੋਈ ਗੋਲੀਆਂ, ਕੋਈ ਚਿੱਟਾ ਨਾ? ਕਾਹਦੇ ਆ ਰਹੇ ਤੂੰ ਉਧਰ? ਗੱਡੀ ਕਿੰਨੇ ਨੰਬਰ ਹੈ ਗੱਡੀ ਦਾ? ਗੱਡੀ ਨਾਮ ਨਵੀਂ ਗੱਡੀ ਲਈ ਕੱਲ ਹੀ ਮੇਰੀ ਤੇਰੀ ਆਪਦੇ ਨਾਲ ਹਾਂ ਨੰਬਰ ਕਿੰਨਾ ਗੱਡੀ ਦਾ? ਗੱਡੀ ਗੱਡੀ ਨੰਬਰ ਮਿਲਿਆ ਕੱਲ ਹੀ ਲਈ ਹੈ। ਮੈਂ ਜੀ ਪਾਤਲਾਂ ਤੇ ਪਟਿਆਲੇ ਦੇ ਵਿਚਾਲੇ, ਪਾਤਲਾਂ ਤੇ ਦਰਬੇ ਦੇ ਵਿਚਾਲੇ, ਪਾਤਲਾਂ ਦੇ ਦਰਬੇ ਦੇ ਵਿਚਾਲੇ। ਹਾਂਜੀ, ਪਰ ਤੈਨੂੰ ਐ ਨੀ ਪਤਾ ਲੱਗਿਆ ਵੀ ਕਾਹ ਚ ਮਾਰੀ ਤਾਂ ਗੱਡੀ? ਨਹੀਂ ਮੈਂ ਜ਼ਰੂਰ ਅੰਗਰੇਜ਼ੀ ਜ਼ਰੂਰੀ ਹੋਈ ਹੈ, ਪਰ ਮੈਂ ਮੇਰੇ ਨਾ ਭੀਂਡਾਂ ਦੀ ਮੈਂ ਚੜ੍ਹੀ ਜੀ ਨਵੇਂ ਕਿਸੇ ਹੋਤੀ ਚੜ੍ਹੀ ਗੱਡੀ ਫੁੱਟ ਗਈ ਜੀ। ਗੱਡੀ ਫੁੱਟੀ ਤਾਂ ਹੀ ਹੈ ਨਾ ਜੀ ਵਿੱਚ ਵੱਜੀ ਹੈ ਉਹ ਜੀ, ਇਹਨਾਂ ਨੇ ਮੈਨੂੰ ਇੰਡਸ ਬਦਲੇ ਕਰਿਆ ਤਾਂ ਮੇਰੀ ਗੱਡੀ ਪਹਿਲੇ ਪਾਸੇ ਗਈ ਜੀ। ਇਹ ਪਰਲੀ ਸ਼ਹਿਰ ਤੋਂ ਆਈ ਉਹ ਕੱਟ ਲਵੋ, ਇੱਧਰਲੇ ਪਾਸੇ ਫੁੱਟਬਾਲ ਲਵੋ ਆ ਕੇ ਮੈਂ ਉਹ ਉੱਥੇ ਖੜੇ ਹਾਂ, ਆ ਕੇ ਉਰੋਂ ਦੀ ਗੱਡੀ ਆਈ ਹੈ, ਮੈਂ ਭੱਜ ਕੇ ਪਰਾਂ ਹੋ ਗਿਆ। ਉਹ ਮੁੰਡੇ ਇੱਥੇ ਖੜੇ ਤੇ ਭੇਡਾ ਉਰੇ ਖੜੇ ਤੇ ਉੱਥੇ ਖੜੇ ਤੇ ਆ ਕੇ ਉਹਨਾਂ ਦੇ ਵਿੱਚ ਮਾਰੀ ਜਦੋਂ, ਫਿਰ ਤਾਂ ਸਮਝ ਨਹੀਂ ਲੱਗਿਆ ਜਦ ਫਿਰ ਪਾਠ ਚੜਕ ਟੱਪ ਗਈ।
ਹਾਲਤ ਚਿੱਟੇ ਨਾਲ ਰੱਜਿਆ ਪਿਆ ਜੀ, ਤੁਹਾਨੂੰ ਦੇਣ ਦਿਆ ਜੀ, ਖੜਿਆ ਵੀ ਨੀ ਜਾਂਦਾ, ਬੋਲਿਆ ਨੀ ਜਾਂਦਾ। ਅਸੀਂ ਬੱਕਰੀਆਂ ਚਾਰਦੇ ਜੀ। ਨੁਕਸਾਨ ਦੇਖ ਲਓ ਜੀ, ਆਹ ਤਿੰਨ ਮਰ ਗਈਆਂ ਜੀ, ਅਜੇ ਉਹ ਮੁੰਡਿਆਂ ਦਾ ਨੀ ਪਤਾ ਸੱਟ ਉਹਨਾਂ ਦੇ ਜ਼ਿਆਦਾ, ਇੱਕ ਦੇ ਤਾਂ ਜ਼ਿਆਦਾ ਆ। ਉਹ ਆਪਣੇ ਦੀਦੀ ਵਾਲੀ, ਆਪਣੇ ਭਾਈ ਨੇ, ਆਪਣੇ ਹਾਂ ਜੀ, ਸੱਟ ਖਾਸੀ ਆ ਜੀ। ਗੱਡੀ ਉਹ ਪਰਲੇ ਪਾਸੇ ਟੱਪ ਗਈ ਜੀ, ਫੁੱਟ ਗਈ ਗੱਡੀ। ਹਾਂ ਜੀ, ਮੈਂ ਤਾਂ ਗਿਆ ਵੀ ਨੀ ਜੀ, ਫੁੱਟ ਹੀ ਹੋਊਗੀ, ਉੱਤੋਂ ਹੀ ਗਈ ਆ ਜੀ, ਤਾਂ ਫੁੱਟ ਨੀ ਆਉਣੀ ਤਾਂ। ਅੱਜ ਅਸੀਂ ਸਾਨੂੰ ਮੁੱਖ ਮੰਤਰੀ ਨੇ ਫੋਨ ਕਰਿਆ ਵੀ ਕਾਕੂ ਵਾਲੇ ਦੇ ਕੋਲ ਇੱਕ ਐਕਸੀਡੈਂਟ ਹੋ ਗਿਆ, ਅਸੀਂ ਤੁਰੰਤ ਮੌਕੇ ਤੇ ਪਹੁੰਚੇ ਹਾਂ। ਇੱਥੇ ਆ ਕੇ ਅਸੀਂ ਪਤਾ ਕਰਿਆ ਹੈਗਾ ਵੀ ਇੱਕ ਗੱਡੀ ਆ ਜਿਹੜੀ ਪਾਤਰਾ ਸਾਈਡ ਵੱਲੋਂ ਆ ਰਹੀ ਸੀਗੀ, ਇਹ ਡਰਾਈਵਰ ਵੱਲੋਂ ਬੇਕਾਬੂ ਹੋ ਗਈ, ਜਿਸ ਕਰਕੇ ਇਹ ਜਿਹੜੇ ਉੱਥੇ ਪਸ਼ੂ ਚਾਰ ਰਹੇ ਸੀਗੇ, ਜਿਹਦੇ ਗੱਡੀ ਨਾਲ ਫੇਟ ਲੱਗਣ ਨਾਲ ਦੋ ਭੇਡਾਂ ਦੀ ਮੌਤ ਹੋ ਗਈ ਹੈ, ਅਤੇ ਇਹਨਾਂ ਦੇ ਚਾਹ ਬਣਾਉਂਦੇ ਹੋਏ ਦੋ ਬੱਚੇ ਵੀ ਸੀਗੇ ਜਿਹੜੇ ਦੱਸ ਰਹੇ ਨੇ, ਇਹ ਉਹ ਇੰਜਰਡ ਹੋਏ ਨੇ। ਬਾਕੀ ਇਹਨਾਂ ਦੇ ਬਿਆਨ 'ਤੇ ਦੇਖਦੇ ਹਾਂ ਅਸੀਂ ਕੀ ਬਣਦਾ ਹੈ। ਉਹ ਫਿਰ ਜੇਰੇ ਇਲਾਜ ਨੇ ਜੀ ਇਸ ਟਾਈਮ? ਹਾਂ, ਉਹ ਜੇਰੇ ਇਲਾਜ ਨੇ, ਅਤੇ ਇਹ ਅਸੀਂ ਗੱਡੀ 'ਤੇ ਬੰਦਾ ਕਬਜ਼ੇ 'ਚ ਲੈ ਲਿਆ ਹੈ, ਤੇ ਅਸੀਂ ਉਹ ਦੇਖਦੇ ਹਾਂ ਉਸ ਤੋਂ ਬਾਅਦ ਜਿਵੇਂ ਵੀ ਤਰਤੀਸ ਹੋ ਗਈ। ਬੰਦਾ ਕਿੱਥੋਂ ਹੈਗਾ ਜੀ ਜਿਹੜਾ ਗੱਡੀ ਡਰਾਈਵਰ? ਇਹ ਦੱਸਣ ਮੁਤਾਬਕ ਪਾਤਰਾ ਸਾਈਡ ਵੱਲੋਂ ਆਇਆ ਸੀਗਾ, ਲੇਕਿਨ ਇਹ ਭਟਾਲ ਕਲਾਂ ਦਾ ਬੰਦਾ ਦੱਸ ਰਹੇ ਨੇ। ਇਹਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਜੀ? ਇਹ ਕੁਝ ਨਸ਼ੀਲੀ ਚੀਜ਼ ਕੋਈ ਖਾਈ ਹੋਈ ਹੈ, ਸ਼ਾਇਦ ਸ਼ਰਾਬ ਵਗੈਰਾ ਪੀਤੀ ਹੋਣੀ, ਚੀਜ਼ ਦਾ ਮੁਲਾਜ਼ਾ ਕਰਾਵਾਂਗੇ, ਦੇਖਦੇ ਹਾਂ ਕੀ ਜਾਂਚ ਕਰ ਰਹੇ ਹਾਂ।